ਹਾਂਜੀ ਮਾਲਵਾ ਬੈਡਲੇਵ ਚੈਨਲ ਤੇ ਤੁਹਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਉਨੀ ਹੀ ਤੁਹਾਡੇ ਲਈ ਇੰਪੋਰਟੈਂਟ ਹੈ ਜਿਵੇਂ ਕਿ ਤੁਹਾਡਾ ਕਨਸਟੇਬਲ ਦਾ ਐਗਜ਼ਾਮ ਇਹ ਜ਼ਰੂਰੀ ਹਦਾਇਤਾਂ ਇਕੱਲੀਆਂ ਕਾਂਸਟੇਬਲ ਹੀ ਨਹੀਂ ਸਬ ਇੰਸਪੈਕਟਰ ਦੇ ਇਗਜ਼ਾਮ ਲਈ ਵੀ ਉਨੀਆਂ ਹੀ ਇੰਪੋਰਟੈਂਟ ਨੇ ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਹੁਣ ਰਿਜ਼ਲਟ ਆਣੇ ਐ ਠੀਕ ਐ ਸਬ ਇੰਸਪੈਕਟਰ ਤੇ ਕਾਂਸਟੇਬਲ ਦੇ ਉਹ ਇਹਨਾਂ ਹਦਾਇਤਾਂ ਕਰਕੇ ਹੀ ਵੇਖਣ ਨੂੰ ਮਿਲਣਗੇ ਸੋ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਦੇਖਿਓ ਲਾਈਕ ਕਰਿਓ ਜੇਕਰ ਨਵੇਂ ਆਏ ਤਾਂ ਸਬਸਕ੍ਰਾਈਬ ਕਰਿਓ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਜਿਹੜਾ ਸਾਡਾ ਚੈਨਲ ਤੁਹਾਨੂੰ ਐਡਵਾਂਸ ਦੇ ਵਿੱਚ ਸਾਰੀਆਂ ਜਾਣਕਾਰੀਆਂ ਦੇ ਦਿੰਦਾ ਹੈ ਤਾਂ ਕਿ ਕੋਈ ਬੱਚੇ ਨੂੰ ਅੱਗੇ ਜਾ ਕੇ ਪ੍ਰੋਬਲਮ ਨਾ ਆਵੇ ਜੇ ਕੋਈ ਪ੍ਰੋਬਲਮ ਦਿਖਣ ਨੂੰ ਮਿਲਦੀ ਹੈ ਲਗਾ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਜਰੂਰ ਪੁੱਛ ਲਿਓ ਜੇ ਤੁਹਾਡੇ ਨਾਲ ਕੁਝ ਇਹੋ ਜਿਹੀ ਹੈਗੀ ਹੈ ਠੀਕ ਹੈ ਪ੍ਰੋਬਲਮ ਤੇ ਬਾਕੀ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਕਮੈਂਟ ਸੈਕਸ਼ਨ ਵਿੱਚ ਵੀ ਜਾਂ ਨਵੀਂ ਵੀਡੀਓ ਬਣਾ ਕੇ ਇੱਕ ਤੁਹਾਨੂੰ ਸਾਰਾ ਇੰਪੋਰਟੈਂਟ ਚੀਜ਼ਾਂ ਦੱਸ ਦਾਂਗੇ ਠੀਕ ਹੈ ਜੀ ਸੋ ਦੋਸਤੋ ਇਹ ਵੀਡੀਓ ਜਿਹੜੀ ਹੈਗੀ ਹੈ ਸਾਰਿਆਂ ਤੱਕ ਸ਼ੇਅਰ ਹੋਣੀ ਚਾਹੀਦੀ ਹੈ WhatsApp ਗਰੁੱਪਸ ਦੇ ਜ਼ਰੀਏ ਤੁਸੀਂ ਆਪਣੇ ਭੈਣ ਭਰਾਵਾਂ ਤੱਕ ਪਹੁੰਚਾ ਦਿਓ ਠੀਕ ਹੈ ਜੀ ਮੈਂ ਆਸ ਕਰਦਾ ਤੁਸੀਂ ਜਰੂਰ ਕਰੋਗੇ ਸਭ ਤੋਂ ਪਹਿਲਾਂ ਵੱਡੀ ਜਾਣਕਾਰੀ ਦਿੰਨੇ ਆ ਦੋਸਤੋ ਤੁਹਾਡੇ ਜਾਤੀ ਸਰਟੀਫਿਕੇਟ ਦੀ ਜਿਹੜਾ ਕਿ ਤੁਹਾਡੀ ਕਿਸੇ ਵੀ ਤੁਸੀਂ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ ਜਿਸ ਦੇ ਬੈਨੀਫਿਟਸ ਮਿਲਨੇ ਆ ਜੌਬ ਦੇ ਵਿੱਚ ਆ ਕੇ ਜਦੋਂ ਤੁਸੀਂ ਫਿਜ਼ੀਕਲ ਟ్రਾਇਲ ਡਾਊਨ ਜਾਓਗੇ ਤਾਂ ਉਸ ਦੇ ਵੇਲੇ ਜਾਂ ਫਿਰ ਜਦੋਂ ਡਾਕੂਮੈਂਟੇਸ਼ਨ ਚੈੱਕ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਉਸ ਦੇ ਵੇਲੇ ਤੁਹਾਡੇ ਕੋਲ ਸਰਟੀਫਿਕੇਟ ਦੇਖੇ ਜਾਂਦੀ ਹੈ ਉਸ ਦੇ ਵਿੱਚ ਜੇਕਰ ਤੁਹਾਡਾ ਕੋਈ ਸਰਟੀਫਿਕੇਟ ਜਿਵੇਂ ਜਾਤੀ ਨੂੰ ਹੈ ਕਿ ਹੈ ਜਿਵੇਂ ਕਿ ਐਸਸੀ ਬੀਸੀ ਇਕਨੋਮਿਕ ਵੀਕਰ ਸੈਕਸ਼ਨ ਸਪੋਰਟਸ ਕੋਟਾ ਐਕਸ ਸਰਵਿਸਮੈਨ ਜਾਂ ਕਿਸੇ ਹੋਰ ਕੈਟੇਗਰੀ ਨੂੰ ਬਿਲੋਂਗ ਕਰਦੇ ਹੋ ਜੇ ਉਹ オリジナル ਨਾ ਹੋਇਆ ਤਾਂ ਤੁਹਾਡੇ ਨਾਲੇ ਤਾਂ ਬੈਨੀਫਿਟ ਕੱਟੇ ਜਾਣਗੇ ਤੇ ਨਾਲੇ ਤੁਹਾਨੂੰ ਜਿਹੜਾ ਫਰਾਡ ਸਮਝ ਕੇ ਉਸ ਤੇ ਤੁਹਾਡੇ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਜਿਵੇਂ ਤੁਸੀਂ ਫਾਰਮ ਭਰਨ ਲੱਗੇ ਤੁਸੀਂ ਬੀਸੀ ਲਿਖਤਾ ਬਟ ਤੁਸੀਂ ਹੋ ਹੋ ਜਨਰਲ ਠੀਕ ਹੈ ਤੁਹਾਡੇ ਕੋਲ ਸਰਟੀਫਿਕੇਟ ਡੁਪਲੀਕੇਟ ਹੋਵੇ ਤਾਂ ਉੱਤੇ ਬਣਦੀ ਕਾਰਵਾਈ ਸੈਕਸ਼ਨ ਦੇ ਅਧੀਨ ਲੱਗ ਜਾਵੇਗੀ ਤੇ ਤੁਹਾਨੂੰ ਭਰਤੀ ਜੋ ਡਿਸਕਵਾਲਿਫਾਈ ਕਰ ਦਿੱਤਾ ਜਾਵੇਗਾ ਠੀਕ ਹੈ ਜੀ ਆਪਣੇ ਜਿਹੜੇ ਵੀ ਡਿਪਾਰਟਮੈਂਟ ਤੋਂ ਤੁਸੀਂ ਬਣਵਾਣੇ ਹੋ ਇਹ ਸਰਟੀਫਿਕੇਟ ਉੱਥੇ ਜਾ ਕੇ ਇੱਕ ਵਾਰੀ ਚੈੱਕ ਜ਼ਰੂਰ ਕਰਾ ਲਵੋ ਇਹ オリジナル ਹੈ ਅਪਡੇਟਡ ਹੈ ਕੋਈ ਇਹਦੀ ਡੇਟ ਲੰਗੀ ਤਾਂ ਨਹੀਂ ਮੁਨਿਆਦ ਲੰਗੀ ਤਾਂ ਨਹੀਂ ਸਾਰਾ ਕੁਝ ਪ੍ਰੋਪਰ ਜਾਣਕਾਰੀ ਚੈੱਕ ਕਰਾ ਕੇ ਸਰਵਿਸਮੈਨ ਵਾਲੇ ਵੀ ਆਪਣੇ ਜਿਹੜੀ ਗਵਰਨਮੈਂਟ ਜਿੱਥੋਂ ਛੱਡ ਕੇ ਆਏ ਨੇ ਜੋਬ ਉੱਥੋਂ ਦਾ ਜਿਹੜਾ ਸਰਟੀਫਿਕੇਟ ਬਣ ਕੇ ਆਂਦਾ ਉਹ ਵੀ ਇੱਕ ਵਾਰੀ ਚੈੱਕ ਕਰ ਲੈਣ ਇਹ オリジナル ਹੈ ਕੋਈ ਕਾਪੀ ਤਾਂ ਨਹੀਂ ਠੀਕ ਹੈ ਕਿਉਂਕਿ ਸਾਰਾ ਪ੍ਰੋਬਲਮ ਆ ਜੇ ਆ ਗਿਆ ਤੁਹ ਇਸ ਪੈ ਸਕਦਾ ਹੈ ਠੀਕ ਹੈ ਜੀ ਮੈਂ ਤਾਂ ਕਹਿ ਰਿਹਾ ਦੋਸਤੋ ਵੱਤੋ ਵੱਤ ਭੈਣ ਭਰਾਵਾਂ ਤੱਕ ਤੁਸੀਂ ਸ਼ੇਅਰ ਕਰੋਗੇ ਇਹ ਵੀਡੀਓ ਉਹਨਾਂ ਨੂੰ ਵੀ ਇਨਫੋਰਮੇਸ਼ਨ ਹੋਵੇਗੀ ਹੁਣ ਆਪਾਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਹੈ ਜਿਹੜੇ ਇਹ ਸਰਟੀਫਿਕੇਟਸ ਹੈ ਇਹਨਾਂ ਦੇ ਜਰੀਏ ਹੀ ਤੁਹਾਡੀ ਜਿਹੜੀ ਸਿਲੈਕਸ਼ਨ ਹੋਣੀ ਹੈ ਤੁਹਾਡੇ ਉਹੀ ਤਾਂ ਹੀ ਤੁਹਾਨੂੰ ਕੈਟਾਗਰੀ ਵਾਈਜ਼ ਜਿਹੜੀ ਹੈਗੀ ਹੈ ਪੇਲ ਦੇ ਅਧਾਰ ਤੇ ਰੱਖਿਆ ਜਾਵੇਗਾ ਨਹੀਂ ਤਾਂ ਤੁਹਾਨੂੰ ਜਿਹੜੇ ਹੈਗੇ ਆ ਇਸ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਵਿਖਣ ਨੂੰ ਮਿਲਣਗੀਆਂ ਜਰਨਲ ਦੇ ਅਕੋਰਡਿੰਗ ਤੁਹਾਡੀ ਪਰਸੈਂਟੇਜ ਗਿਣਤੀ ਚ ਆਵੇਗੀ ਨਹੀਂ ਤਾਂ ਤੁਹਾਨੂੰ ਜਿਹੜੀ ਤੁਹਾਡੀ ਕੱਟਆਫ ਕੱਟ ਜਾਣੀ ਸੀ ਉਹ ਤੁਹਾਨੂੰ ਵੱਧ ਦੇਣੀ ਪੈਣੀ ਹੈ ਠੀਕ ਹੈ ਉਸ ਕੱਟਆਫ ਲਈ ਠੀਕ ਹੈ ਇਸੇ ਕਰਕੇ ਕਹਿਣਾ ਵੀ ਗਾਂ ਤੁਹਾਡੀ ਜਿਹੜੀ ਮੈਰਿਟ ਲਿਸਟ ਜਿਹੇ ਫਾਈਨਲ ਮੈਰਿਟ ਲਿਸਟ ਹੈ ਉਹਦੇ ਵਿੱਚ ਨਾਮ ਆਉਣ ਲਈ ਤੁਹਾਡਾ ਜਿਹੜਾ ਸਰਟੀਫਿਕੇਟ ਹੈ ਉਹ origignal ਹੋਣਾ ਕਿੰਦਾ ਪਾਵਰ ਡਿਫਰੈਂਸ ਆ ਗਿਆ ਤੁਹਾਡੇ ਸਰਟੀਫਿਕੇਟ ਤੇ ਤੁਹਾਡੀ ਜਿਹੜੀ ਜਾਤੀਗੈਰਾ ਵਿੱਚ ਤੇ ਤੁਹਾਨੂੰ ਪ੍ਰੋਬਲਮ ਪੈ ਸਕਦੀ ਹੈ ਸੋ ਠੀਕ ਹੈ ਕੇਅਰਫੁਲੀ ਚੈੱਕ ਕਰ ਲੈਣਾ ਦੂਸਰੀ ਗੱਲ ਹੈ ਦੋਸਤੋ ਮੈਡੀਕਲੀ ਟ੍ਰੀਟਮੈਂਟ ਜੇਕਰ ਤੁਸੀਂ ਮੰਨ ਲਵੋ ਕਹਿੰਦਾ ਆਪਾਂ ਪ੍ਰੈਗਨੈਂਸੀ ਹੈ ਕਿਸੇ ਮੇਰੀ ਭੈਣ ਨੂੰ ਜਾਂ ਫਿਰ ਕਿਸੇ ਦਾ ਐਕਸੀਡੈਂਟ ਹੋ ਚੁੱਕਾ ਹੈ ਟ੍ਰਾਇਲ ਤੋਂ ਪਹਿਲਾਂ ਜਾਂ ਟ੍ਰਾਇਲ ਤੋਂ ਬਾਅਦ ਤੁਸੀਂ ਵੈਸੇ ਫਿੱਟ ਹੋ ਬਸ ਐਕਸੀਡੈਂਟ ਨਾਰਮਲ ਜਿਹਾ ਹੋਇਆ ਕੋਈ ਤੁਹਾਨੂੰ ਜ਼ਿਆਦਾ ਮੇਜਰ ਇੰਜਰੀ ਨਹੀਂ ਆਈ ਜਾਂ ਫਿਰ ਡੇਂਗੂ ਮਲੇਰੀਆ ਇਸ ਤਰ੍ਹਾਂ ਦਾ ਕੋਈ ਵੀ ਡਿਸੀਜ਼ ਹੋ ਜਾਂਦਾ ਹੈ ਜਿਹੜੀ ਕਿ ਪਰਮਨੈਂਟ ਨਹੀਂ ਹੈ ਬਸ ਕੁਝ ਕਿਸਮ ਲਈ ਹੈ ਉਸ ਲਈ ਫਿਰ ਤੁਹਾਡੀ ਕੋਈ ਜੋਬ ਡਿਸਕਵਾਲਿਫਾਈ ਹੋਵੇਗੀ ਇਹ ਸਵਾਲ ਰਹਿੰਦਾ ਹੈ ਜ਼ਿਆਦਾਤਰ ਬਟ ਇਸ ਇਸ ਦਾ ਕੋਈ ਵੀ ਤੁਹਾਡੀ ਡਿਸਕਵਾਲਿਫਾਈ ਨਹੀਂ ਹੋਵੇਗੀ ਦੋਸਤੋ ਤੁਹਾਨੂੰ ਇੱਕ ਗਵਰਨਮੈਂਟ ਪਾਉ ਕਢਵਾਉਗੇ ਆਪਣੀ ਫਿਜ਼ੀਕਲ ਟ੍ਰਾਇਲ ਦੇ ਉਸ ਦੇ ਵਿੱਚ ਇੱਕ ਹੈਲਪ ਡੈਸਕ ਨੰਬਰ ਹੁੰਦਾ ਹੈ ਤੇ ਈਮੇਲ ਆਈਡੀ ਹੁੰਦੀ ਹੈ ਉਸ ਦੇ ਉੱਤੇ ਤੁਸੀਂ ਮੈਡੀਕਲ ਜਿਹੜਾ ਹੈਗਾ ਆਪਣੀ ਰਿਪੋਰਟ ਜਿਹੜੀ ਨਾਲ ਐਡ ਕਰਨੀ ਹੈ ਤੇ ਨਾਲੇ ਤੁਸੀਂ ਇੱਕ ਐਪਲੀਕੇਸ਼ਨ ਜਿਸ ਦੇ ਜਰੀਏ ਤੁਹਾਡਾ ਇੱਕ ਪੋਸਟਪਨ ਟਾਈਮ ਦੇ ਦਿੱਤਾ ਜਾਵੇਗਾ ਜਿਵੇਂ ਤੁਹਾਡੀ ਬਿਮਾਰੀ ਹੈ ਠੀਕ ਹੈ ਤੁਹਾਡਾ ਉਹ ਟਾਈਮਿੰਗ ਜਿਹੜਾ ਹੈ ਕਿ ਪੈਂਡਿੰਗ ਰੱਖ ਦਿੱਤੀ ਜਾਊਗੀ ਤੁਹਾਡੇ ਟ੍ਰਾਇਲਾਂ ਦੀ ਜਾਂ ਫਿਰ ਉਸ ਤੋਂ ਬਾਅਦ ਜੋਬ ਦੀ ਜਿਹੜੀ ਹੈ ਤੁਹਾਡੀ ਜਿਹੜੀ ਜੁਆਇਨਿੰਗ ਲੈਟਰ ਦੀ ਇੱਕ ਪੈਂਡਿੰਗ ਰੱਖ ਦਿੱਤੀ ਜਾਵੇਗੀ ਜਦੋਂ ਤੁਸੀਂ ਫਿਜ਼ੀਕਲੀ ਪੂਰਾ ਫਿਟ ਹੋਗੇ ਫਿਰ ਤੁਸੀਂ ਭਾਵੇਂ ਜੁਆਇਨ ਕਰ ਸਕਦੇ ਹੋ ਦੂਸਰੀ ਗੱਲ ਟ్రਾਇਲ ਤੁਹਾਡੇ ਹੋਣਗੇ ਹੋਣਗੇ ਜੇਕਰ ਤੁਸੀਂ ਪਹਿਲਾਂ ਬਿਮਾਰ ਹੋ ਗਏ ਟ్రਾਇਲਾਂ ਤੋਂ ਦੂਸਰੀ ਗੱਲ ਇਹ ਹੈ ਜੇਕਰ ਤੁਹਾਡਾ ਕੋਈ ਨੀੜੇ ਕਿਤੇ ਇੱਥੇ ਕਿਤੇ ਮਤਲਬ ਕਹਿੰਦਾ ਬਹੁਤ ਹੋ ਰਿਹਾ ਹੈ ਫਿਜ਼ੀਕਲ ਟ్రਾਇਲ ਤਾਂ ਤੁਸੀਂ ਆਪਣੇ ਘਰ ਦੇਆਂ ਨੂੰ ਕਹਿ ਸਕਦੇ ਹੋ ਇੱਕ ਜਣਾ ਜਾਂ ਦੋ ਜਣੇ ਜਾ ਕੇ ਉੱਥੇ ਬੈਠੇ ਅਫਸਰਾਂ ਨਾਲ ਗੱਲ ਜ਼ਰੂਰ ਕਰ ਲੈਣ ਜਦੋਂ ਤੁਹਾਡੀ ਟ్రਾਇਲ ਦੀ ਡੇਟ ਹੈ ਜਦੋਂ ਤੁਹਾਡਾ ਐਡਮਿਟ ਕਾਰਡ ਆਇਆ ਉਹ ਤਾਂ ਕਿ ਉੱਪਰ ਇਨਕੁਆਰੀ ਭੇਜ ਸਕਣ ਠੀਕ ਹੈ ਤੁਹਾਡੇ ਰਿਲੇਟਡ ਵੀ ਇਹ ਬੱਚੇ ਜਿਹੜਾ ਹੈਗਾ ਮੈਡੀਕਲੀ ਫਿਟ ਨਹੀਂ ਸੀਗਾ ਜਿਸ ਕਰਕੇ ਇਸ ਦੇ ਟ్రਾਇਲ ਪੈਂਡਿੰਗ ਪਾਏ ਜਾਣ ਸਾਰਾ ਆਪਣੀ ਇਸ਼ੂ ਦਿਖਾ ਸਕਦੇ ਰੀਐਕਸ਼ਨ ਲੈਣਗੇ ਤੁਹਾਡੀ ਜਿਹੜੀ ਹੈਲਪ ਈਮੇਲ ਆਈਡੀ ਦੇ ਜ਼ਰੀਏ ਨਾਲ ਉਹ ਠੀਕ ਹੈ ਜੀ ਉਹ ਤੁਹਾਡੀ ਮਜਬੂਰੀ ਸਮਝਣਗੇ ਤੇ ਤੁਹਾਡੇ ਜਿਹੜੇ ਟ్రਾਇਲ ਜਿਹੜੇ ਗਾਂ ਰਖਾ ਦੇਣਗੇ ਬਾਕੀ ਜੇ ਕੋਈ ਹੋਰ ਵੱਡੀ ਪ੍ਰੋਬਲਮ ਆਂਦੀ ਹੈ ਤਾਂ ਜਲਦੀ ਤੋਂ ਜਲਦੀ ਜਿਹੜੇ ਹੈਗੇ ਆ ਕੰਟੈਕਟ ਕਰਿਆ ਕਰੋ ਤੁਸੀਂ ਉਹਨ ਡਿਪਾਰਟਮੈਂਟ ਦੇ ਅਫੀਸ਼ੀਅਲ ਨੰਬਰਸ ਦੇ ਉੱਤੇ ਉਹ ਤੁਹਾਨੂੰ ਕੋਈ ਨਾ ਕੋਈ ਹੱਲ ਜ਼ਰੂਰ ਦੇਣਗੇ ਜੇਕਰ ਤੁਸੀਂ ਮਿਹਨਤ ਕੀਤੀ ਹੈ ਐਗਜ਼ਾਮ ਕਰਿਆ ਕੀਤਾ ਇਦਾਂ ਦੀ ਕੋਈ ਵੀ ਪ੍ਰੋਬਲਮ ਤੁਹਾਨੂੰ ਮੈਡੀਕਲ ਰਿਲੇਟਡ ਆਉਂਦੀ ਹੈ ਤੁਹਾਡੇ ਨਾਲ ਜਰੂਰ ਖੜੇ ਹੋਣਗੇ ਜੇ ਅਗਰ ਤੁਸੀਂ ਉਹਨਾਂ ਨੂੰ ਆਪਣਾ ਕਹਿਿੰਦਾ ਪਾਓ 100% ਦੋਗੇ ਵੀ ਤੁਹਾਨੂੰ ਪਤਾ ਵੀ ਅਸੀਂ ਛੋਟੀ ਅਸੀਂ ਠੀਕ ਹੋ ਜਾਵਾਂਗੇ ਠੀਕ ਹੈ ਜੀ ਬਾਕੀ ਘਬਰਾਣਾ ਨਹੀਂ ਪ੍ਰੋਬਲਮ ਨੂੰ ਫੇਸ ਕਰਨਾ ਹੈ ਪਾ ਠੀਕ ਹੈ ਜੀ ਜਿਹੜੀ ਇਹ ਜਾਣਕਾਰੀ ਹੈ ਸਿਨਿਓਰਿਟੀ ਬੇਸਡ ਇਹ ਬਹੁਤ ਇੰਪੋਰਟੈਂਟ ਹੈ ਤੁਹਾਡੇ ਸਾਰੇ ਪੈਨਪਰਾਂ ਲਈ ਸਮਝਣੀ ਬਹੁਤ ਇੰਪੋਰਟੈਂਟ ਹੈ ਕਿਵੇਂ ਆ ਦੋਸਤੋ ਜੇ ਵੀ ਮੰਨ ਲਓ ਤੁਹਾਡਾ ਕੋਈ ਹਾਨੀ ਹੈ ਕਹਿੰਦਾ ਪਾ ਤੁਸੀਂ ਟ੍ਰਾਇਲ ਇਕੱਠੇ ਦਿੱਤੇ ਐ ਮੈਰਿਟ ਲਿਸਟ ਲਾਸਟ ਫਾਈਨਲ ਬਣਨ ਵਾਲੀ ਹੈ ਉਸ ਦੇ ਵਿੱਚ ਕੀ ਹੋਇਆ ਤੁਹਾਡੇ ਤੇ ਇੱਕ ਤੁਹਾਡੇ ਹਾਣੀ ਦੇ ਨੰਬਰ ਵੱਧ ਆ ਗਏ ਠੀਕ ਹੈ ਮਤਲਬ ਤੁਹਾਡੇ ਦੋਵਾਂ ਦੇ ਸੇਮ ਆ ਗਏ ਸੋਰੀ ਤੇ ਤੁਹਾਡਾ ਜਿਹੜਾ ਹਾਣੀ ਆ ਉਹ ਤੁਹਾਡੇ ਤੋਂ ਵੱਡਾ ਹੈ ਤੇ ਲਾਸਟ ਏਜ ਫੈਕਟਰ ਤੇ ਬੈਠਾ ਹੈ ਤੇ ਤੁਸੀਂ ਹਜੇ ਜੂਨੀਅਰ ਹੋ ਤੁਹਾਡੇ ਹਜੇ ਬਹੁਤ ਸਾਲ ਪਏ ਐ ਪਰਤੀ ਨੂੰ ਤੇ ਸਭ ਤੋਂ ਪਹਿਲਾਂ ਪ੍ਰਾਇੋਰਟੀ ਉਸ ਬੰਦੇ ਨੂੰ ਦਿੱਤੀ ਜਾਵੇਗੀ ਉਸ ਦਾ ਕਾਰਨ ਇਹੀ ਹੈ ਵੀ ਉਹ ਸੀਨੀਅਰ ਹੈ ਦੂਸਰੀ ਗੱਲ ਹੈ ਉਸ ਬੰਦੇ ਕੋਲ ਹੁਣ ਏਜ ਨਹੀਂ ਬਚੀ ਤੇ ਤੁਹਾਡੇ ਕੋਲ ਕਾਫੀ ਮੌਕੇ ਐ ਤੇ ਤੁਹਾਨੂੰ ਜਿਹੜੀ ਕਿ ਸੀਟ ਦਿੱਤੀ ਜਾਵੇਗੀ ਤੇ ਤੀਸਰਾ ਕੀ ਹੋ ਸਕਦਾ ਜੇ ਅਗਰ ਸੀਟਾਂ ਬਹੁਤ ਘੱਟ ਹੈ ਵੈਕੈਂਸੀ ਠੀਕ ਹੈ ਜੀ ਤੇ ਸੀਨੀਅਰਟੀ ਵਾਲਿਆਂ ਨੂੰ ਪੇਲ ਦੇ ਆਧਾਰ ਤੇ ਰੱਖਿਆ ਜਾਵੇਗਾ ਜੂਨੀਅਰਸ ਨੂੰ ਜਿਹੜਾ ਹੈਗਾ ਉਹਨਾਂ ਜਿੱਕਰ ਪੈਂਡਿੰਗ ਚ ਪਾਇਆ ਜਾਵੇਗਾ ਜੇ ਕਿਤੇ ਉਹ ਕਿਤੇ ਰਿਜ਼ਾਈਨ ਦਿੰਦੇ ਆ ਜਾਂ ਫਿਰ ਉਹਨਾਂ ਦੀ ਕਿਤੇ ਹੋਰ ਨੌਕਰੀ ਲੱਗਦੀ ਆ ਤੇ ਤੁਹਾਡੀ ਉਸ ਜਗ੍ਹਾ ਵੀਕੈਂਡ ਹੁੰਦੀ ਹੈ ਸੀਨੀਅਰ ਦੀ ਤਾਂ ਤੁਹਾਨੂੰ ਉੱਥੇ ਰੱਖਿਆ ਜਾਵੇਗਾ ਉਸ ਦੇ ਆਧਾਰ ਤੇ ਜਾਂ ਤਾਂ ਤੁਸੀਂ ਨੰਬਰ ਵੱਧ ਲੈ ਲਵੋ ਤਾਂ ਕਿ ਸੀਨੀਅਰ ਦੀ ਥਾਂ ਤੇ ਤੁਹਾਨੂੰ ਜਗ੍ਹਾ ਮਿਲ ਜਾਵੇ ਜਾਂ ਫਿਰ ਤੁਸੀਂ ਕਹਿਣ ਦਾ ਭਾਵ ਥੋੜਾ ਜਿਹਾ ਮਿਹਨਤ ਕਰਦੇ ਰਹੋ ਕਿਸੇ ਨਾ ਕਿਸੇ ਟਾਈਮ ਤੁਹਾਨੂੰ ਸੀਟ ਮਿਲ ਹੀ ਜਾਣੀ ਹੈ ਸੋ ਕੋ ਦੋਸਤੋ ਇਹ ਐਡਵਰਟਾਈਜ਼ਮੈਂਟ ਵਿੱਚ ਐਡ ਕੀਤਾ ਹੋਇਆ ਹੈ ਤੁਸੀਂ ਇਸ ਤੇ ਕੋਈ ਐਕਸ਼ਨ ਨਹੀਂ ਲੈ ਸਕਦੇ ਤੁਸੀਂ ਚਾਹੇ ਜੋ ਮਰਜ਼ੀ ਐਕਸ਼ਨ ਲਈ ਜੋ ਪ੍ਰੋਟੈਸਟ ਕਰੀ ਜਾਓ ਇਹ ਜਿਹੜਾ ਹੈਗਾ ਸਿਨਿਓਰਿਟੀ ਬੇਸ ਸਿਸਟਮ ਆਪਣੇ ਪੰਜਾਬ ਦੇ ਵਿੱਚ ਲਾਜ਼ਮੀ ਕੀਤਾ ਆਇਆ ਹੈ ਪੰਜਾਬ ਪੁਲਿਸ ਦੇ ਵਿੱਚ ਤਾਂ ਖਾਸ ਕਰ ਕੀਤਾ ਆਇਆ ਹੈ ਤਾਂ ਕਿ ਕੋਈ ਵੀ ਜਿਹੜਾ ਹੈਗਾ ਬੱਚਾ ਜਿਹੜਾ ਹੈਗਾ ਜਿਹੜੀ ਇੰਨੀ ਮਿਹਨਤ ਕਰ ਰਿਹਾ ਉਸ ਨੂੰ ਜਿਹੜਾ ਫਲ ਮਿਲ ਸਕੇ ਕਿੰਨੇ ਸਾਲਾਂ ਤੋਂ ਜਿਹੜਾ ਲੱਗਿਆ ਹੋਇਆ ਸੀਨੀਅਰ ਠੀਕ ਹੈ ਬਾਕੀ ਮੈਰਿਟ ਦੇ ਲਿਸਟ ਜਿਹੜੇ ਉਹ ਬੰਦੀ ਐ ਉਹਦੇ 3 ਗੁਣਾ ਜਾਂ 4 ਗੁਣਾ ਵਾਲੇ ਜਿਹੜੇ ਬੱਚੇ ਟ੍ਰਾਇਲ ਲਈ ਲਿੱਤੇ ਹੁੰਦੇ ਆ ਉਹ ਵੀ ਕੱਟ ਕੇ ਜਿਹੜੇ ਪੂਰੀ ਪ੍ਰੋਪਰ ਬਣ ਜਾਂਦੇ ਆ ਜਿੰਨੇ ਹੈਗੇ ਆ ਠੀਕ ਹੈ ਜੀ ਸੋ ਖਬਰਾਂ ਦੇ ਲੋਨ ਨੇ ਸਭ ਦਾ ਨੰਬਰ ਆਵੇਗਾ ਭਾਵੇਂ ਜੂਨੀਅਰ ਐ ਸੀਨੀਅਰ ਐ ਇਹ ਤੁਹਾਡੀ ਮਿਹਨਤ ਤੇ ਡਿਪੈਂਡ ਕਰਦਾ ਹੈ ਜ਼ਿਆਦਾਤਰ ਤਾਂ ਮੈਂ ਵੇਖਿਆ ਬਹੁਤ ਹੀ ਕੱਟ ਕੇਸਿਸ ਹੁੰਦੇ ਆ ਸੀਨੀਅਰ ਬੇਸ ਵਾਲੇ ਬਟ ਜੂਨੀਅਰ ਜ਼ਿਆਦਾ ਅੱਜਕੱਲ ਜਿਹੜੇ ਹੈਗੇ ਆ ਭਰਤੀਆਂ ਵਿੱਚ ਆ ਰਹੇ ਆ ਕੁਆਲੀਫਾਈ ਕਰ ਰਹੇ ਆ ਕਿਉਂਕਿ ਸੀਨੀਅਰ ਜਿਹੜੇ ਹੈਗੇ ਉਹਨਾਂ ਨੂੰ ਪਤਾ ਹੈ ਵੀ ਹੁਣ ਸਾਡਾ ਜਿਹੜਾ ਹੈਗਾ ਟਾਈਮ ਚਲਾ ਗਿਆ ਹੁ ਦੀ ਪੂਰੀ ਹੋਣ ਤੋਂ ਪਹਿਲਾਂ ਪਹਿਲਾਂ ਠੀਕ ਹੈ ਜੀ ਫਾਲਸ ਡਾਟਾ ਐਂਡ ਸਰਟੀਫିକੇਟਸ ਸੋ ਦੋਸਤੋ ਇਹ ਇੰਨਾ ਇੰਪੋਰਟੈਂਟ ਜਿਹੜਾ ਤੁਹਾਡੇ ਲਈ ਹੈਗਾ ਨਾ ਮੈਟਰ ਕਿਉਂ ਇੰਪੋਰਟੈਂਟ ਹੈ ਜੇ ਅਗਰ ਤੁਹਾਡਾ ਇਕਨੋਮਿਕ ਵੀਕਰ ਸੈਕਸ਼ਨ ਐਸਸੀ ਬੀਸੀ ਤੇ ਜਾਂ ਫਿਰ 10th 2 ਜਾਂ ਫਿਰ ਤੁਸੀਂ ਜਿਹੜਾ ਸਪੋਰਟਸ ਕੋਟੇ ਨੂੰ ਬਿਲੋਂਗ ਕਰਦੇ ਹੋ ਉਹ ਸਰਟੀਫਿਕੇਟ ਜਾਂ ਕੋਈ ਵੀ ਸਰਟੀਫਿਕੇਟ ਕੰਪਿਊਟਰ ਦਾ ਸਰਟੀਫਿਕੇਟ ਹੀ ਲਾ ਲਓ ਠੀਕ ਹੈ ਜੀ ਜੇ ਅਗਰ ਤੁਹਾਡਾ ਉਹ ਫਾਲਸ ਨਿਕਲਦਾ ਕਿਹਨ ਦਾ ਪਾਬ ਤੁਸੀਂ ਜਾਲੀ ਬਣਾਇਆ ਜਾਂ ਤੁਸੀਂ ਕਿਸੇ ਨੂੰ ਪੈਸੇ ਦੇ ਕੇ ਕਿਹਨ ਦਾ ਪਾਬ ਉਹ ਸਰਟੀਫਿਕੇਟ ਇਸ਼ੂ ਕਰਵਾਇਆ ਡਿਪਾਰਟਮੈਂਟ ਵੱਲੋਂ ਪਾਵੇਂ ਉਹ ਹੈ Ориジナル ਹੈ ਜੇ ਇਨਕੁਆਇਰੀ ਕਰਨ ਤੇ ਉਹਦੀ ਪੜਤਾਲ ਕਰਨ ਤੇ ਕਹਿੰਦਾ ਪਬਜੀ ਇੱਕ ਝਾਲੀ ਨਿਕਲਦਾ ਤਾਂ ਤੁਹਾਡੇ ਤੇ ਬਹੁਤ ਤਕੜੀ ਕਾਰਵਾਈ ਹੋਵੇਗੀ ਤੁਹਾਨੂੰ ਸਿੱਧਾ ਜੇਲ੍ਹ ਕੀਤਾ ਜਾਵੇਗਾ ਤੇ ਉਸ ਤੇ ਵੀ ਕਾਰਵਾਈ ਹੋਵੇਗੀ ਜਿਸ ਨੇ ਇਹ ਸਰਟੀਫਿਕੇਟ ਤੁਹਾਡੇ ਲਈ ਬਣਾਇਆ ਤੁਹਾਨੂੰ ਫਾਇਦਾ ਦਿਵਾਉਣ ਲਈ ਠੀਕ ਹੈ ਜੀ ਕਿਉਂਕਿ ਹੁਣ ਗਵਰਨਮੈਂਟ ਬਹੁਤ ਸਖਤ ਹੋ ਗਈ ਹੈ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਕਾਂਗਰਸ ਵਾਲੀਆਂ ਜਾਂ ਫਿਰ ਅਕਾਲੀ ਦਲ ਵਾਲੀਆਂ ਠੀਕ ਹੈ ਜੀ ਆਪਾਂ ਕਿਸੇ ਨੂੰ ਸਪੈਸ਼ਲਟੀ ਨਹੀਂ ਦਿੰਦੇ ਬਟ ਮੈਂ ਕਹਿਣਾ ਚਾਹਨਾ ਵੀ ਹੁਣ ਉਹ ਵਾਲੀਆਂ ਗੱਲਾਂ ਨਹੀਂ ਰਹੀਆਂ ਹੁਣ ਨਾਲ ਦੀ ਨਾਲ ਹੀ ਐਕਸ਼ਨ ਲਿਆ ਜਾਵੇਗਾ ਤੁਹਾਨੂੰ ਪਤਾ ਹੀ ਐ ਐਮਐਲਏ ਨੇ ਕਰਪਸ਼ਨ ਕਰਕੇ ਚੱਕਿਆ ਉਹ ਤੁਹਾਡੇ ਮਿੰਟਾਂ ਇਨਕੁਆਰੀ ਹੋਗੀ ਤੇ ਇਹ ਤਾਂ ਸਿਰਫ ਨੋ ਮਾਮਲੀ ਜੀ ਗੱਲ ਹੈ ਜਿਹੜੀ ਤੁਸੀਂ ਹੁਣ ਸੋਚ ਰਹੇ ਹੋ ਠੀਕ ਹੈ ਜੀ ਸੋ ਬਾਕੀ ਗੱਲ ਹੈ ਦੋਸਤੋ ਇਹ ਸਾਰੇ ਸਰਟੀਫਿਕੇਟ ਇੱਕ ਵਾਰੀ オリジナル ਹੋਣ ਠੀਕ ਹੈ ਜੀ ਤੁਸੀਂ ਜਾਤੀ ਨੂੰ ਬਿਲੋਂਗ ਕਰਦੇ ਹੋ ਇਹ ਨਾ ਸੋਚਿਓ ਵੀ ਮੈਂ ਜਰਨਲ ਆ ਇਕਨੋਮਿਕ ਵੀਕਰ ਸੈਕਸ਼ਨ ਦਾ ਬਣਾ ਕੇ ਜਾਲੀ ਤੇ ਨੌਕਰੀ ਲੈ ਲਊਗਾ ਬੇਟਾ ਫਸ ਜਾਓਗੇ ਤੇ ਫਿਰ ਬਾਅਦ ਦੇ ਵਿੱਚ ਜਿ ਭਰਤੀਯੋਗ ਵੀ ਨਹੀਂ ਰਹੋਗੇ ਠੀਕ ਹੈ ਜੀ ਸੋ ਜੋ ਜੈਨੂਨ ਪ੍ਰੋਸੈਸ ਹੈ ਉਸ ਦੇ ਅਕੋਰਡਿੰਗ ਤੁਸੀਂ ਚੱਲੋ ਘਬਰਾਉਣਾ ਤੁਹਾਡੀ ਸਿਲੈਕਸ਼ਨ ਹੋਵੇਗੀ ਮਿਹਨਤ ਕਰਦੇ ਰਹੋ ਜਿਹੜੇ ਅੜੇ ਰਹੋ ਆਪਣੀ ਭਰਤੀ ਲਈ ਠੀਕ ਹੈ ਕੀ ਪਤਾ ਤੁਹਾਡਾ ਕਿੱਥੇ ਲੱਕ ਹੈਗਾ ਤੁਹਾਨੂੰ ਕਦੋਂ ਕਦੋਂ ਤੁਹਾਡੇ ਵਰਦੀ ਪੈ ਜਾਣੀ ਹੈ ਠੀਕ ਹੈ ਬਿਲਕੁਲ ਵੀ ਫਾਲਸ ਡਾਟਾ ਵੀ ਯੂਜ਼ ਨਹੀਂ ਕਰਨਾ ਕਿਸੇ ਦੇ ਸਰਟੀਫਿਕੇਟ ਚੱਕ ਕੇ ਆਪਦੇ ਬਣਾ ਕੇ ਤੁਸੀਂ ਕਿਤੇ ਬੈਠ ਜਾਓ ਕਿਉਂਕਿ ਅੱਜਕਲ ਸਾਰਾ ਤੁਹਾਡੇ ਫਿੰਗਰਪ੍ਰਿੰਟ ਵਗੈਰਾ ਆਧਾਰ ਕਾਰਡ ਤੇ ਛਪੇ ਹੁੰਦੇ ਆ ਉੱਥੋਂ ਪਤਾ ਲੱਗ ਜਾਂਦਾ ਵੀ ਇਹ ਬੰਦਾ ਉਹ ਨਹੀਂਗਾ ਇਹ ਬੰਦਾ ਕੋਈ ਹੋਰ ਹੈ ਠੀਕ ਹੈ ਜਾ ਕੇ ਤੁਹਾਨੂੰ ਕਾਰਵਾਈਆਂ ਤੇ ਲੈ ਜਾਣਾ ਤੇ ਨਾਲ ਦੀ ਨਾਲ ਤੁਹਾਡੇ ਤੇ ਕੋਰਟ ਕੇਸ ਕਰਕੇ ਤੁਹਾਨੂੰ ਜਿਹੜਾ ਹੈਗਾ ਜੇਲ੍ਹ ਦੇ ਹਵਾਲੇ ਕਰ ਦੇਣਾ ਤੇ ਬਾਅਦ ਦੇ ਵਿੱਚ ਪਛਤਾਨਦੇ ਰਹਿਓ ਤੁਹਾਡੇ ਮਾਪਿਓ ਵੀ ਤੁਸੀਂ ਵੀ ਤੇ ਨਾਲੇ ਕਹਿੰਦਾ ਪਾ ਤੁਹਾਡਾ ਫਿਊਚਰ ਵੀ ਸਪੋਇਲ ਹੋ ਜਾਵੇਗਾ ਠੀਕ ਹੈ ਜੀ ਸੋ ਧਿਆਨ ਰੱਖਿਓ ਕੇਅਰਫੁਲ ਰਹੀਓ ਇਸ ਪਰੇ ਸੋ ਅਗਲੀ ਜਾਣਕਾਰੀ ਹੈਗੀ ਇੰਪੋਰਟੈਂਟ identification cards ਸੋ ਦੋਸਤੋ ਜਿਵੇਂ ਕਿ ਆਧਾਰ ਕਾਰਡ ਵੋਟਰ ਕਾਰਡ ਬਰਥ ਸਰਟੀਫਿਕੇਟ ਪੈਨ ਕਾਰਡ ਡਰਾਈਵਿੰਗ ਲਾਇਸੈਂਸ ਤੇ ਡੋਮਿਸਾਈਲ ਜਿਹਨੂੰ ਆਪਾਂ ਰਹਾਇਸ਼ੀ ਸਰਟੀਫਿਕੇਟ ਹੈ ਇਹ ਚਾਰ ਪੰਜ ਚੀਜ਼ਾਂ ਹੋਣੀਆਂ ਤੁਹਾਡੇ ਕੋਲ ਜ਼ਰੂਰੀ ਹੈ ਜਦੋਂ ਤੁਸੀਂ ਟ్రਾਇਲ ਦੇ ਜਾਂਉਗੇ ਜਾਂ ਫਿਰ ਕਿਸੇ ਵੀ ਗਵਰਨਮੈਂਟ ਸਰਵਿਸ ਦੀ ਇੰਟਰਵਿਊ ਵੇਲੇ ਜਾਣੇ ਹੋ ਠੀਕ ਹੈ ਜੀ ਇਹ ਜਿਹੜੇ ਕਾਰਡਸ ਵਗੈਰਾ ਹੁੰਦੇ ਆ ਇਹਨਾਂ ਦੇ ਉੱਤੇ ਤੁਹਾਡੀ ਜਿਹੜੀ ਅਸਲੀ ਪਹਿਚਾਣ ਲਿਖੀ ਹੁੰਦੀ ਹੈ ਤੁਹਾਡਾ ਜਿਹੜਾ ਦੱਸਿਆ ਹੁੰਦਾ ਹੈ ਵੀ ਤੁਸੀਂ ਪੱਕੇ ਵਸਨੀਕ ਪੰਜਾਬ ਦੇੋਂ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਤੁਸੀਂ ਕੋਈ ਪਗੋੜੇ ਨਹੀਂਗੇ ਤੁਸੀਂ ਕਿਸੇ ਬਾਹਰਲੇ ਮੁਲਕ ਚੋਂ ਨਹੀਂ ਆਏ ਠੀਕ ਹੈ ਜਿਸ ਦੇ ਆਧਾਰ ਤੇ ਤੁਹਾਨੂੰ ਜਲਦੀ ਸਿਲੈਕਸ਼ਨ ਮਿਲਦੀ ਹੈ ਤੇ ਬਾਕੀ ਕਹਿਣ ਕਹਿਣ ਦੀ ਗੱਲ ਜਿਹੜਾ ਪੈਨ ਕਾਰਡ ਹੈ ਉਹ ਤੁਹਾਨੂੰ ਪਤਾ ਹੈ ਇਨਕਮ ਟੈਕਸ ਦੇ ਅੰਡਰ ਆਂਦਾ ਹੈ ਜਿਸ ਕਰਕੇ ਉਹ ਤੁਹਾਡੀ ਪੈਨ ਕਾਰਡ ਹੋਵੇਗਾ ਤਾਂ ਹੀ ਤੁਹਾਡੀ ਤਨਖਾਹ ਸ਼ੁਰੂ ਹੋਵੇਗੀ ਤਾਂ ਹੀ ਤੁਹਾਡੀ ਜਿਹੜੀ ਕਟੋਤੀ ਹੋਵੇਗੀ ਤਨਖਾਹ ਵਿੱਚ ਜੋ ਜਿਹੜੀ ਹੋਣੀ ਹੈ ਠੀਕ ਹੈ ਜੀ ਦੂਸਰੀ ਗੱਲ ਡਰਾਈਵਿੰਗ ਲਾਇਸੈਂਸ ਮੇਰੇ ਜਿਹੜੇ ਪੈਨ ਪਰਮਨੈਂਟ ਨਹੀਂ ਬਣਿਆ ਉਹ ਬਣਵਾ ਲੈਣ ਕਿਉਂਕਿ ਬਹੁਤੇ ਭਰਤੀਆਂ ਹੁਣ ਅੱਜਕੱਲ ਡਰਾਈਵਿੰਗ ਲਾਇਸੈਂਸ ਤੇ ਬੇਸਡ ਆਣੀਆਂ ਹੈ ਕਾਰ ਵੀ ਚ ਤੇ ਆਪਣਾ ਮੋਟਰਸਾਈਕਲ ਵੀ ਸਕੂਟਰੀ ਵੀ ਇਹ ਤਿੰਨ ਚੀਜ਼ਾਂ ਦਾ ਲਾਇਸੈਂਸ ਇੱਕ ਬਣਦਾ ਠੀਕ ਹੈ ਲਾਈਟ ਮੋਟਰ ਵਹੀਕਲ ਵਜਦਾ ਮੈਨੂੰ ਲੱਗਦਾ ਉਹ ਚੀਜ਼ ਠੀਕ ਹੈ ਉਹ ਬਣਵਾ ਲੈਣਾ ਵੋਟਰ ਕਾਰਡ ਤੇ ਆਧਾਰ ਕਾਰਡ ਦਾ ਇੰਨਾ ਜ਼ਰੂਰੀ ਰੋਲ ਹੈ ਤੁਹਾਡੇ ਇਸ ਚੀਜ਼ ਵਿੱਚ ਜਿੰਨਾ ਕਿ ਜ਼ਰੂਰੀ ਤੁਹਾਡੀ ਪਰਤੀ ਪੂਰੀ ਇੰਪੋਰਟੈਂਟ ਹੈ ਠੀਕ ਹੈ ਇਸ ਦੇ ذریعے ਤੁਹਾਡਾ ਜਿਹੜਾ ਹੈਗਾ ਕਹਿੰਦਾ ਆਪਾਂ ਪੂਰਾ ਡਾਟਾ ਕਲੀਅਰ ਕੀਤਾ ਜਾਂਦਾ ਵੀ ਉਹ ਬੰਦਾ ਜਿਹੜਾ ਉਥੋਂ ਦਾ ਵਸਨੀਕ ਹੈ ਦੂਸਰੀ ਗੱਲ ਹੈ ਜਿਹੜਾ ਤੁਹਾਡਾ ਡੋਮਿਸਾਈਲ ਹੈ ਉਹ ਵੀ ਇੰਪੋਰਟੈਂਟ ਹੈ ਅੱਜ ਕੱਲ ਕਰ ਦਿੱਤਾ ਕਿਉਂਕਿ ਪੰਜਾਬ ਦੇ ਸੀਐਮ ਨੇ ਕਿਹਾ ਪਹਿਲਾਂ ਆਪਾਂ ਪੰਜਾਬ ਦੇ ਵਸਨੀਕਾਂ ਨੂੰ ਪਹਿਲੇ ਦੇ ਆਧਾਰ ਤੇ ਜੋਬ ਦੇਣੀ ਹੈ ਜਿਨ੍ਹਾਂ ਦਾ ਪੰਜਾਬ ਦਾ ਡੋਮਿਸਾਈਲ ਹੈ ਉਸ ਤੋਂ ਬਾਅਦ ਦੇਖਾਂਗੇ ਆਪਾਂ ਹੋਰਾਂ ਸਟੇਟਾਂ ਦੇ ਬੱਚਿਆਂ ਨੂੰ ਪਹਿਲ ਠੀਕ ਹੈ ਜੀ ਬਾਕੀ ਮੈਰਿਟ ਲਿਸਟਾ ਚਲੋ ਬਣਦੀ ਮੰਦੀ ਹੈ ਬਟ ਆਪਣੇ ਪੰਜਾਬੀਆਂ ਨੂੰ ਪਹਿਲੇ ਦੇ ਆਧਾਰ ਤੇ ਰੱਖਿਆ ਜਾਂਦਾ ਤੁਹਾਨੂੰ ਪ ਮਲਕ 메જર ਰੱਖਿਆ ਜਾਂਦਾ ਉਸ ਤੋਂ ਬਾਅਦ ਜਿਹੜੀ ਮਿਨਿਓਰਿਟੀ ਹੁੰਦੀ ਹੈ ਉਹਨਾਂ ਨੂੰ ਮਤਲਬ ਬਾਅਦ ਚ ਦੇਖਿਆ ਜਾਂਦਾ ਠੀਕ ਹੈ ਤੇ ਇਸੇ ਕਰਕੇ ਹੁਣ ਭਰਤੀਆਂ ਲਗਾਤਾਰ ਸਲਾਨਾ ਆਣ ਗਿਆ ਤੇ ਤੁਸੀਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਤਿਆਰ ਰੱਖੋ ਫਿਰ ਬਾਅਦ ਚ ਪ੍ਰੋਬਲਮ ਨਾ ਆਵੇ ਤੇ ਅਪਡੇਟ ਰੱਖੋ ਇਹ ਚੀਜ਼ਾਂ ਸਾਰੀਆਂ ਨਵੀਂ ਫੋਟੋ ਲਵਾ ਕੇ ਰੱਖੋ ਜਿਹੜੀ ਤੁਹਾਡੀ ਉਹ ਲੇਟੈਸਟ ਲੁੱਕ ਹੈ ਨਵਾਂ ਜਿਹੜਾ ਤੁਹਾਡਾ ਨਾਮ ਹੈਗਾ ਉਹ ਚੇਂਜ ਕਰਾ ਲਓ ਜੇ ਹੈਗਾ ਤੁਹਾਡਾ ਨਾਮ ਸਹੀ ਨਹੀਂਗਾ ਤੇ ਬਾਕੀ ਸਾਰਾ ਠੀਕ ਹੈ ਪ੍ਰੋਪਰ ਡਾਟਾ ਕਰਾ ਕੇ ਰੱਖੋ ਅਗਲੀ ਜਾਣਕਾਰੀ ਹੈ ਦੋਸਤੋ 10th 2 ਦੇ ਜਿਹੜੇ ਰੈਗੂਲਰ ਤੇ ਓਪਨ ਵਾਲੇ ਜ ਪਲੀਜ਼ ਉਹ ਧਿਆਨ ਜ਼ਰੂਰ ਦੇਣਾ ਜੇ ਅਗਰ ਤੁਸੀਂ ਕਿਸੇ ਵੀ ਬੋਰਡ ਤੋਂ ਬਿਲੋਂਗ ਕਰਦੇ ਹੋ ਪੀ ਐਸ ਈ ਬੀ ਸੀ ਬੀ ਐਸ ਸੀ ਜਾਂ ਆਈ ਸੀ ਆਈ ਸੀ ਜਿਹੜੇ ਬੋਰਡ ਹੈਗੇ ਆ ਜਾਂ ਹੋਰ ਸਟੇਟ ਬੋਰਡ ਦੇ ਹੈਗੇ ਆ ਜੇ ਅਗਰ ਤੁਹਾਡਾ ਓਪਨ ਦਾ ਸਰਟੀਫਿਕੇਟ ਬਣਿਆ ਤਾਂ ਪਲੀਜ਼ ਉਹ オリジナル ਹੋਣਾ ਚਾਹੀਦਾ ਕੋਈ ਜਾਲੀ ਕੰਮ ਨਾ ਹੋਵੇ ਪੈਸੇ ਦੇ ਕੇ ਬਨਾਇਆ ਤੁਹਾਡਾ ਉਸੇ ਵੇਲੇ ਕਾਰਵਾਈ ਹੋ ਜਾਣੀ ਹੈ ਤੁਹਾਡੀ ਜਦੋਂ ਪੜਤਾਲ ਹੋਣ ਤੇ ਬੋਰਡ ਤੋਂ ਪਤਾ ਚੱਲਿਆ ਵੀ ਤੁਸੀਂ ਨਹੀਂ ਹੋ ਤੁਹਾਡਾ ਜਾਲੀ ਬਣਿਆ ਤੁਸੀਂ ਪ੍ਰਿੰਟ ਆਊਟ ਕਢਾਇਆ ਕਿਤੋਂ ਤਾਂ ਨਾਲ ਦੀ ਨਾਲ ਹੀ ਤੁਹਾਡੇ ਤੇ ਕਾਰਵਾਈ ਹੋ ਕੇ ਤੁਹਾਨੂੰ ਜੇਲ੍ਹ ਦੇ ਹਵਾਲੇ ਕੀਤਾ ਜਾਵੇਗਾ ਜੇ ਅਗਰ ਤੁਸੀਂ ਰੈਗੂਲਰ ਹੋ रेगुलर 10th 2 ਕੀਤੀ ਹੈ ਮਤਲਬ ਠੀਕ ਹੈ ਤੇ ਸਰਟੀਫਿਕੇਟ ਤੁਹਾਡਾ Ориジナル ਹੈ ਤੁਹਾਨੂੰ ਪੇਲ ਦੇ ਆਧਾਰ ਤੇ ਜੋਬ ਮਿਲੇਗੀ ਉਸ ਦਾ ਕਾਰਨ ਕੀ ਹੈ ਜਿਹੜਾ ਰੈਗੂਲਰ ਬੱਚਾ ਹੁੰਦਾ ਉਸਨੇ ਪੜ੍ਹਾਈ ਕੀਤੀ ਹੁੰਦੀ ਹੈ ਉਸ ਦਾ ਮਤਲਬ ਬੇਸ ਬਣਿਆ ਹੁੰਦਾ ਹੈ ਪ੍ਰੋਪਰ ਕਹਿੰਦਾ ਪਰ ਉਸ ਨੂੰ ਜਾਣਕਾਰੀ ਹੁੰਦੀ ਹੈ ਜਿਹੜੇ ਓਪਨ ਵਾਲੇ ਹੁੰਦੇ ਆ ਉਹ ਸਿਰਫ ਪੇਪਰਾਂ ਦੇ ਟਾਈਮ ਹੀ ਸਕੂਲ ਵਰਦੇ ਆ ਜਦੋਂ ਪੇਪਰ ਹੁੰਦੇ ਉਸ ਤੋਂ ਪਹਿਲਾਂ ਪਹਿਲਾਂ ਉਹ ਆਪਣੇ ਘਰ ਦੇ ਪੱਤੇ ਕਮਾਂ ਦੇ ਵਿੱਚ ਹੀ ਬੈਠੇ ਹੁੰਦੇ ਆ ਸੋ ਰੈਗੂਲਰ ਨੂੰ ਆਪਣੇ ਇੱਥੇ ਜ਼ਿਆਦਾ ਮਾਨਤਾ ਦਿੰਦੇ ਆ ਪੰਜਾਬ ਦੇ ਵਿੱਚ ਓਪਨ ਨਾਲੋਂ ਸੋ ਠੀਕ ਹੈ ਇਹ ਸਰਟੀਫਿਕੇਟ ਇੰਪੋਰਟੈਂਟ ਸੀ ਵੀਡੀਓ ਚੰਗੀ ਲੱ